ਤੇ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਵਿਚਾਰ ਵਟਾਂਦਰਾ। ਅੱਜ ਅਸੀਂ ਕਰ ਰਹੇ ਹਾਂ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਨੂੰ ਲੈ ਕੇ। 18 ਅਗਸਤ ਨੂੰ ਇਮਰਾਨ ਖਾਨ ਹੁਣ ਸਹੁੰ ਚੁੱਕਣਗੇ ਪ੍ਰਧਾਨ ਮੰਤਰੀ ਦੇ ਵਜੋਂ, ਔਰ ਇਸ ਮੁਤਲਕ ਮੈਂ ਵੇਖ ਪਾ ਰਿਹਾ ਕਿ ਕਾਫੀ ਸਾਰੇ ਕਾਲਰਸ ਸਾਨੂੰ ਕਾਲ ਕਰ ਰਹੇ ਨੇ ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਰਹੇ ਨੇ। ਲੈਣ ਦੀ ਕੋਸ਼ਿਸ਼ ਕਰਦੇ ਉਹਨਾਂ ਦੀ ਕਾਲ ਔਰ ਕੀ ਕਹਿਣਾ ਚਾਹੁੰਦੇ ਹਨ ਉਹ ਵੀ ਜਾਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮੇਰੇ ਅਤੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਸੀ। ਤੁਸੀਂ ਕਹਿ ਰਹੇ ਹੋ ਜੀ ਪਾਕਿਸਤਾਨ ਦੀ ਸੈਨਾ, ਪਾਕਿਸਤਾਨ ਦੀ ਆਰਮੀ ਜੀ ਮਗਰ ਹੁੰਦੀ ਹੈ, ਮਗਰ ਪਾਕਿਸਤਾਨ ਨੇ ਕਦੀ ਅੱਜ ਤੱਕ ਕਦੀ ਵੀ ਪ੍ਰੋਬਲਮ ਨਹੀਂ ਦਿੱਤੀ ਇੰਡੀਆ ਨੂੰ। ਇੰਡੀਆ ਹੁਣ ਤੁਸੀਂ ਦੇਖੋ, ਮੋਦੀ ਸਾਹਿਬ ਨੇ ਗੁਜਰਾਤ 'ਚ ਕਿੰਨੇ ਮੁਸਲਮਾਨ ਮਾਰਤੇ, ਕਿੰਨੇ ਸਿੱਖ ਮਾਰਤੇ, ਤੁਹਾਨੂੰ ਵੀ ਇਸ ਗੱਲ ਦਾ ਪਤਾ ਮੀਡੀਆ ਨੂੰ, ਮਗਰ ਤੁਸੀਂ ਇਸ ਗੱਲ ਨੂੰ ਹਾਈਲਾਈਟ ਨਹੀਂ ਕਰਦੇ। ਤੁਸੀਂ ਜਿਹੜਾ ਆਤੰਕਵਾਦ ਫੈਲਾਇਆ ਕਸ਼ਮੀਰ ਦੇ ਵਿੱਚ, ਉਹ ਦਿਨ ਤੱਕ ਵੀ ਕੋਈ ਹੈ ਤੁਹਾਡੇ ਕੋਲ ਜਵਾਬ? ਤਾਂ ਤੁਸੀਂ ਇਹ ਕੰਮ ਕਰੋ ਨਾ, ਤੁਸੀਂ ਆਪਸ ਵਿੱਚ ਮਿਲ ਬੈਠ ਕੇ ਇੱਕ ਸਮਝੌਤਾ ਕਰ ਲਓ ਜੀ। ਕੀ ਖਿਆਲ ਹੈ ਦਿਨ ਤੱਕ ਕਿ ਬਾਈ ਦੋਨੋਂ ਦੇਸ਼ ਆਪਸ ਵਿੱਚ ਅਸੀਂ ਬਿਜ਼ਨਸ ਕੋਈ ਕਰਾਂਗੇ ਔਰ ਵੀਜ਼ਾ ਅਰਾਈਵਲ ਤੇ ਵੀ ਕਰ ਦਿੰਦੇ ਹਾਂ ਔਰ ਪਿਆਰ ਮੁਹੱਬਤ ਨਾਲ ਰਵਾਂਗੇ। ਇਮਰਾਨ ਖਾਨ ਸਾਹਿਬ ਵੀ ਆ ਗਏ ਨੇ, ਠੀਕ ਹੈ ਜਾਂ ਨਹੀਂ? ਤੁਸੀਂ ਪਹਿਲ ਕਰ ਲਓ, ਚਲੋ ਪਾਕਿਸਤਾਨ ਤਾਂ ਨਹੀਂ ਕਰਦਾ, ਮਗਰ ਪਾਕਿਸਤਾਨ ਨੇ ਅੱਜ ਤੱਕ ਕਦੀ ਸ਼ਰਾਰਤ ਨਹੀਂ ਕੀਤੀ ਇੰਡੀਆ ਵਰਗੇ ਜੀ। ਜੀ ਮਿਹਰਬਾਨੀ ਤੁਹਾਡੀ, ਸਤਿ ਸ੍ਰੀ ਅਕਾਲ ਤੁਹਾਨੂੰ ਸਰਦਾਰ ਜੀ। ਗੱਲ ਹੱਕ ਤੇ ਇਨਸਾਫ਼ ਦੀ ਕਰਿਆ ਜੇ ਜੀ 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 ਜੀ, ਠੀਕ ਹੈ ਜਾਂ ਨਹੀਂ ਜੀ? ਮੇਰੀ ਗੱਲ ਠੀਕ ਰਹੀ ਕਿ ਨਹੀਂ ਠੀਕ ਜੀ? ਮੈਂ ਤੁਹਾਨੂੰ ਮੈਂ ਚਾਹੁੰਦਾ ਕਿ ਤੁਸੀਂ ਲਾਈਨ 'ਤੇ ਰਹੋ। ਜਵਾਬ ਜੀ ਇੱਥੇ ਇਹ ਕਰਕੇ ਬਣਦਾ ਹੈਗਾ ਜੀ, ਜੋ ਤੁਸੀਂ ਗੱਲ ਕਹੀ ਅਸੀਂ ਉਹ ਨਹੀਂ ਜਾਣਦੇ ਕਿ ਦੋਵੇਂ ਮੁਲਕਾਂ ਦੇ ਵਿੱਚ ਸਿਆਸਤਦਾਨ। ਇੱਕ ਸੈਕਿੰਡ, ਇੱਕ ਸੈਕਿੰਡ ਮੈਂ ਜ਼ਰਾ, ਲੈਟ ਮੀ ਕੰਪਲੀਟ ਮਾਈ ਵਰਡ। ਜੀ ਜੀ ਜੀ, ਜਦੋਂ ਬਾਰਿਸ਼ ਆਉਂਦੀ ਹੈ ਸੌਨ ਲਾਈਕ ਮੌਨਸੂਨ ਹੁੰਦਾ, ਇੰਡੀਆ ਪਾਣੀ ਖੋਲ ਦਿੰਦਾ ਬਕਾਇਆ, ਉਂਝ ਪਾਕਿਸਤਾਨ ਦੇ ਸਾਰੇ ਦਰਿਆਵਾਂ ਦਾ ਪਾਣੀ ਰੋਕ ਲੈਂਦਾ। ਇਹਦੇ ਮੁਤਲਕ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਹੈ, ਮਗਰ ਤੁਸੀਂ ਇਹਦੇ ਮੁਤਲਕ ਗੱਲ ਨਹੀਂ ਕਰੋਗੇ। ਮੈਂ ਇਹ ਡਾਇਲੋਗ ਜਿਹੜਾ 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 ਦੇਖੋ, ਜਿਹੜੇ ਐਵੀਡੈਂਸ ਜਿਹੜੇ ਔਥੈਂਟੀਕੇਟ ਜੀ ਜੀ ਬਿਲਕੁਲ, ਮੈਂ ਉਹੀ ਤੁਹਾਨੂੰ ਲਾਈਵ ਕਾਲ ਦਾ ਆਨਸਰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਤੁਸੀਂ ਮੈਨੂੰ ਕਹਿਣਾ ਚਾਹ ਰਹੇ ਹੋ। ਮੈਂ ਤੁਹਾਨੂੰ ਇਹੀ ਕਹਿਣਾ ਚਾਹ ਰਿਹਾ ਕਿ ਦੇਖੋ, ਜਿਹੜੇ ਹੁਣ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪਾਕਿਸਤਾਨ ਜਿਹੜਾ ਹੈ ਉਹ ਦਹਿਸ਼ਤਗਰਦੀ ਨਹੀਂ ਫੈਲਾਉਂਦਾ ਔਰ ਇੰਡੀਆ ਦੇ ਵਿੱਚ ਜਿਹੜੀ ਹੈ ਦਹਿਸ਼ਤਗਰਦੀ ਨਹੀਂ ਹੁੰਦੀ, ਉਹਦੇ ਜਿਹੜੇ ਸਬੂਤ ਨੇ, ਮੈਂ ਨਹੀਂ ਚਾਹੁੰਦਾ ਕਿ ਅਸੀਂ ਉਸ ਬਾਰੇ ਗੱਲ ਕਰੀਏ, ਕੋਈ ਨੈਗੇਟਿਵ ਗੱਲ ਕਰੀਏ। ਉਹ ਮੁੰਬਈ ਤੁਸੀਂ ਵੇਖ ਚੁੱਕੇ ਹੋ ਜਿਹੜਾ ਤਾਜ ਦੇ ਵਿੱਚ ਹੋਇਆ ਸੀਗਾ, ਉਸ ਤੋਂ ਬਾਅਦ ਕਈ ਵਾਰ ਜਿਹੜੀ ਘੁਸਪੈਠ ਉਹ ਵੇਖ ਚੁੱਕੇ ਹੋ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬਿਲਕੁਲ ਪਾਕ ਸਾਫ਼ ਹੈਗਾ, ਲੇਕਿਨ ਇਹ ਗੱਲ ਤੁਸੀਂ ਜ਼ਰੂਰ ਇੱਥੇ, ਮੈਂ ਚਾਹੁੰਦਾ ਹੈਗਾ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਕਿਵੇਂ ਹੋਏਗਾ, ਜਿਹੜਾ ਭਵਿੱਖ ਹੈਗਾ ਉਹ ਕਿਵੇਂ ਵਧੀਆ ਹੋਏਗਾ। ਤੁਸੀਂ ਇਹ ਨਾ ਕਹੋ ਕਿ ਪਾਣੀ ਬੰਦ ਕਰ ਦਿੰਦੇ ਹਾਂ ਔਰ ਉੱਥੇ ਦੀ ਪਾਣੀ ਬੰਦ ਖੋਲ ਦਿੱਤਾ ਜਾਂਦਾ ਪੰਜਾਬ ਦੇ ਵਿੱਚ, ਜਾਂ ਫਿਰ ਪਾਕਿਸਤਾਨ ਦੇ ਵਿੱਚ ਜਿਹੜੇ ਵਸਦੇ ਲੋਕ ਨੇ ਉਹ ਨਹੀਂ ਸੋਚਦੇ ਕਿ ਆਪਸੀ ਜਿਹੜਾ ਭਾਈਚਾਰਾ। ਤੁਸੀਂ ਇਹ ਗੱਲ ਕਰਿਓ, ਅੱਜ ਤੱਕ ਤੁਸੀਂ ਇੰਡੀਆ ਕਿਉਂ ਨਹੀਂ ਜਾ ਪਾਏ? ਮੈਨੂੰ ਲੱਗਦਾ ਕਿ ਇਹੀ ਨਕਾਰਾਤਮਕ ਗੱਲਾਂ ਦੇ ਕਾਰਨ, ਇਹੀ ਨਕਾਰਾਤਮਕ ਸੋਚ ਦੇ ਕਾਰਨ, ਇਹੀ ਨੈਗੇਟਿਵਿਟੀ ਦੇ ਕਾਰਨ ਅੱਜ ਤੱਕ ਤੁਸੀਂ ਇੰਡੀਆ ਨਹੀਂ ਜਾ ਪਾਏ। ਉਹਨਾਂ ਦਾ ਕੀ, ਉਹ ਬਜ਼ੁਰਗ ਕੀ ਜੋ ਕਿ ਲਾਹੌਰ ਦੇ ਵਿੱਚ ਜਨਮੇ ਪਲੇ ਨੇ, ਜਿਹਨਾਂ ਦਾ ਬਚਪਨ ਜਿਹੜਾ ਉਹ ਲਾਹੌਰ ਦੇ ਵਿੱਚ ਹੋਇਆ, ਉਹ ਅੱਜ ਭਾਰਤ ਰਹਿੰਦੇ ਨੇ ਲੇਕਿਨ ਉਹ ਜਾਣਾ ਚਾਹੁੰਦੇ ਨੇ ਪਾਕਿਸਤਾਨ, ਉਹਨਾਂ ਬਾਰੇ ਵੀ ਸੋਚੋ। ਲੇਕਿਨ ਆਹ ਨੈਗੇਟਿਵ ਗੱਲਾਂ ਕਾਰਨ ਹੀ ਮੈਨੂੰ ਲੱਗਦਾ ਜਿਹੜਾ ਡਾਇਲੋਗ ਹੈ, ਰਿਲੇਸ਼ਨਸ਼ਿਪ ਹੈ, ਅੱਗੇ ਨਹੀਂ ਵੱਧ ਪਾਇਆ। ਇਸੇ ਕਾਰਨ ਜਿਹੜੀ ਹੈ ਆਪਸ ਦੇ ਵਿੱਚ ਜਿਹੜੀ ਹੈ ਅੱਜ ਇੱਕ ਨਫ਼ਰਤ ਹੈ ਦੋਨੋਂ ਮੁਲਕਾਂ ਦੇ ਵਿੱਚ, ਗੁਆਂਢੀ ਮੁਲਕਾਂ ਦੇ ਵਿੱਚ, ਇਸ ਕਰਕੇ ਹੀ ਬਣੀ ਹੋਈ ਹੈ ਕਿ ਅਸੀਂ ਇਹਨਾਂ ਗੱਲਾਂ ਨੂੰ ਹੱਲਾਸ਼ੇਰੀ ਦਿੰਦੇ ਹਾਂ। ਅਸੀਂ ਕਿਉਂ ਨਹੀਂ ਸੋਚਦੇ ਕਿ ਅੱਜ ਸਾਡਾ ਬਜ਼ੁਰਗ ਜਿਹੜਾ ਉਹ ਆ ਕੇ ਜਾਮਾ ਮਸਜਿਦ ਆ ਕੇ ਦਿੱਲੀ ਦੇ ਵਿੱਚ ਮੱਥਾ ਟੇਕੇ, ਅੱਜ ਸਾਡਾ ਜਿਹੜਾ ਬਜ਼ੁਰਗ ਹੈਗਾ ਉਹ ਨਨਕਾਣਾ ਸਾਹਿਬ ਜਾ ਕੇ ਮੱਥਾ ਟੇਕੇ, ਅੱਜ ਉਹ ਗੁਜਰੇਵਾਲਾਂ ਦੇ ਵਿੱਚ ਜਨਮਿਆ ਸੀਗਾ, ਅੱਜ ਉਹ ਚਾਹੁੰਦਾ ਹੈ ਉਸ ਧਰਤੀ ਦੇ ਉੱਤੇ ਜਾ ਕੇ ਉਹ ਨਤਮਸਤਕ ਹੋਏ ਕਿਉਂਕਿ ਉੱਥੇ ਉਸ ਧਰਤੀ ਦੇ ਉੱਤੇ ਉਹਦਾ ਜਨਮ ਹੋਇਆ। ਅਸੀਂ ਕਿਉਂ ਨਹੀਂ ਸੋਚਦੇ ਕਿ ਆਉਣ ਵਾਲਾ ਜਿਹੜਾ ਭਵਿੱਖ ਹੈ ਦੋਨੋਂ ਮੁਲਕਾਂ ਦੇ ਵਿੱਚ ਜਿਹੜਾ ਉਹ ਵਧੀਆ ਹੋਵੇ? ਤੁਸੀਂ ਕਹਿੰਦੇ ਹੋ ਪਾਣੀ ਬੰਦ ਕਰ ਦਿੰਦੇ ਹੈ, ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਜਿਹੜਾ ਪਾਕਿਸਤਾਨ ਹੈ ਉਹ ਕੁਛ ਨਹੀਂ ਕਰਦਾ, ਇੰਡੀਆ ਕੁਛ ਨਹੀਂ ਕਰਦਾ। ਵਾਈ ਵੀ ਆਰ ਟਾਕਿੰਗ ਔਨ ਦਿਸ? ਵਾਈ ਵੀ ਆਰ ਨੋਟ ਟਾਕਿੰਗ ਕਿ ਲੈਟਸ ਡੂ ਅ ਗੁੱਡ ਥਿੰਗਸ ਫੋਰ ਦੀ ਬੈਟਰਮੈਂਟ ਆਫ ਬੋਥ ਦੀ ਕੰਟਰੀਜ਼? ਆਪਾਂ ਦੋਨੋਂ ਮੁਲਕਾਂ ਦੇ ਬਾਰੇ ਜਿਹੜੇ ਹੈ ਇੱਕ ਆਪਸੀ ਸੋਚ ਦੇ ਕਾਰਨ, ਇੱਕ ਨਜ਼ਰੀਏ ਦੇ ਕਾਰਨ, ਇੱਕ ਬਿਹਤਰੀਨ ਭਵਿੱਖ ਦੇ ਕਾਰਨ, ਇੱਕ ਪੋਜ਼ਿਟਿਵ ਗੱਲਾਂ ਦੇ ਕਾਰਨ, ਅਸੀਂ ਇਹ ਸੋਚ ਕਿਉਂ ਨਹੀਂ ਸਕਦੇ ਕਿ ਕਿਉਂ ਨਹੀਂ ਦੋਨਾਂ ਦੇ ਰਿਲੇਸ਼ਨਸ਼ਿਪ ਹੈ ਉਹ ਵਧੀਆ ਹੋ ਸਕਦੇ ਹਨ, ਅਮਨ ਸ਼ਾਂਤੀ ਜਿਹੜੀ ਬਹਾਲ ਹੋ ਸਕਦੀ ਹੈ? ਨਵਜੋਤ ਸਿੰਘ ਸਿੱਧੂ ਪਹਿਲ ਕਰ ਰਹੇ ਨੇ, ਤੁਸੀਂ ਕਿਹਾ, ਇਮਰਾਨ ਖਾਨ ਨੇ ਵੀ ਕਿਹਾ ਕਿ ਅਗਰ ਇੰਡੀਆ ਜਿਹੜਾ ਅਗਰ ਇੱਕ ਕਦਮ ਰੱਖੇਗਾ ਤਾਂ ਅਸੀਂ ਚਾਰ ਕਦਮ ਰੱਖਾਂਗੇ। ਇਹੀ ਤਸਵੀਰ ਅਸੀਂ ਸਾਫ਼ ਕਰਨਾ ਚਾਹੁੰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਹੁਣ ਪਹਿਲਾ ਕਦਮ ਰੱਖ ਰਹੇ ਨੇ, ਅਗਰ ਉਹ ਪਹੁੰਚ ਨੇ ਤਾਂ ਇਹ ਹੁਣ ਉਮੀਦ ਹੈ ਪਾਕਿਸਤਾਨ ਤੋਂ ਕਿ ਉਹ ਚਾਰ ਕਦਮ ਰੱਖੇ, ਕਿਉਂਕਿ ਜਿਹੜੀ ਗੱਲ ਤੁਸੀਂ ਕਹੀ ਹੈ ਔਰ ਇਹ ਗੱਲ ਵੀ ਸੁਣਨ ਨੂੰ ਮਿਲਦੀ ਹੈ ਕਿ ਜਿਹੜੇ ਪਠਾਨ ਹੁੰਦੇ ਨੇ, ਪਠਾਨ ਪੰਜਾਬੀ ਹੁੰਦੇ ਨੇ, ਆਪਣੀ ਜ਼ਬਾਨ ਦੇ ਪੱਕੇ ਹੁੰਦੇ ਨੇ, ਜ਼ਬਾਨ ਇੱਥੇ ਹੈ ਕਿ ਹੁਣ ਇੱਥੋਂ ਪਹਿਲ ਜਿਹੜੀ ਹੈ ਉਹ ਰੱਖੀ ਜਾ ਰਹੀ ਹੈ, ਹਕੂਮਤ ਗ੍ਰੀਨ ਸਿਗਨਲ ਜਿਵੇਂ ਹੀ ਦਿੰਦੀ ਹੈ ਤਾਂ ਨਵਜੋਤ ਸਿੰਘ ਸਿੱਧੂ ਅਗਰ ਜਾਂਦੇ ਨੇ ਤਾਂ ਇਹ ਪਹਿਲਾ ਕਦਮ ਜਿਹੜਾ ਇੰਡੀਆ ਦੇ ਵੱਲੋਂ ਰੱਖਿਆ ਗਿਆ।
ਹੁਣ ਜਿਹੜੇ ਚਾਰ ਕਦਮ ਪਾਕਿਸਤਾਨ ਦੇ ਵੱਲੋਂ ਰੱਖੇ ਜਾਣੇ ਨੇ ਉਹ ਵੀ ਤਸਵੀਰ ਸਾਫ਼ ਹੋਣੀ ਚਾਹੀਦੀ ਹੈ। ਤਾਂ ਮੈਂ ਵੇਖ ਪਾ ਰਿਹਾ ਕਿ ਜਿਹੜੀ ਗੱਲ ਅਸੀਂ ਇਸ ਟਾਈਮ ਕਰ ਰਹੇ ਹਾਂ ਉਹ ਇਹੀ ਕਰ ਰਹੇ ਹਾਂ ਕਿ ਹੁਣ ਜਿਹੜੀ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਗੱਲ ਸ਼ੁਰੂ ਹੋਈ ਹੈ 18 ਅਗਸਤ ਨੂੰ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਤਾਂ ਉਹਨਾਂ ਨੇ ਕਿਹਾ ਕਿ ਅਗਰ ਇੰਡੀਆ ਇੱਕ ਕਦਮ ਰੱਖਦਾ ਤਾਂ ਮੈਂ ਚਾਰ ਕਦਮ ਰੱਖਾਂਗਾ। ਅਤੇ ਇੱਕ ਕਦਮ ਜਿਹੜੀ ਹੈ ਉਹਦੀ ਸ਼ੁਰੂਆਤ 18 ਅਗਸਤ ਨੂੰ ਹੋ ਚੁੱਕੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਮਨ ਦਾ ਬਣਾ ਲਿਆ ਕਿ ਮੈਂ ਜ਼ਰੂਰ ਆਪਣੇ ਦੋਸਤ ਨੂੰ ਮਿਲਣ ਜਾਵਾਂਗਾ ਔਰ ਡਾਇਲੋਗ ਹੋਏਗਾ ਇਸ ਮੁਤਲਕ ਕਿ ਆਉਣ ਵਾਲਾ ਸਮਾਂ ਕਿਸ ਤਰੀਕੇ ਨਾਲ ਅਸੀਂ ਵਧੀਆ ਕਰ ਸਕਦੇ ਹਾਂ ਦੋਨੋਂ ਮੁਲਕਾਂ ਦੇ ਵਿੱਚ, ਗੁਆਂਢੀ ਮੁਲਕ ਆਪਸ ਦੇ ਵਿੱਚ ਇੱਕ ਆਪਸੀ ਭਾਈਚਾਰਾ ਬਣਾ ਕੇ ਰੱਖਣ, ਅਮਨ ਸ਼ਾਂਤੀ ਬਹਾਲ ਹੋਏ। ਜਿਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਤੱਕ ਵਿਚਾਰ ਵਟਾਂਦਰਾ ਨਹੀਂ ਹੋ ਪਾਇਆ ਉਹਨਾਂ ਮੁੱਦਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਹੋਏ, ਇੱਕ ਡਾਇਲੋਗ ਹੋ ਸਕੇ ਪਬਲਿਕ ਡੋਮੇਨ ਦੇ ਉੱਤੇ। ਅਤੇ ਇਸੇ ਨੂੰ ਲੈ ਕੇ ਹੁਣ ਵੇਖਣਾ ਹੋਏਗਾ ਕਿ ਜੇਕਰ ਇੱਕ ਕਦਮ ਇੱਥੋਂ ਹੁਣ ਇੰਡੀਆ ਵੱਲੋਂ ਰੱਖਿਆ ਜਾਂਦਾ ਤਾਂ ਕਿਹੜੇ ਕਿਹੜੇ ਚਾਰ ਕਦਮ ਪਾਕਿਸਤਾਨ ਵੱਲੋਂ ਇੰਡੀਆ ਦੇ ਵੱਲ ਰੱਖੇ ਜਾਂਦੇ ਹਨ, ਇਹ ਵੀ ਸਮਾਂ ਆਉਣ ਵਾਲਾ ਦੱਸੇਗਾ, ਉਹ ਵੀ ਤੁਹਾਨੂੰ ਅਸੀਂ ਦੱਸਦੇ ਰਹਾਂਗੇ। ਜੇਕਰ ਤੁਹਾਨੂੰ ਲੱਗਦਾ ਕਿ ਇਸ ਮੁਤਲਕ ਤੁਸੀਂ ਮੈਨੂੰ ਕੁਝ ਆਪਣੇ ਫੀਡਬੈਕ ਸਾਂਝੇ ਕਰਨਾ ਚਾਹੁੰਦੇ ਹੋ, ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰਨੇ ਚਾਹੁੰਦੇ ਹੋ, ਤਾਂ ਤੁਸੀਂ ਮੈਨੂੰ info@justbroadcasting.com ਦੇ ਉੱਤੇ, harkirat@justbroadcasting.com ਦੇ ਉੱਤੇ ਲਿਖ ਸਕਦੇ ਹੋ। ਮੈਂ ਦਰਖਾਸਤ ਕਰਾਂਗਾ ਉਹਨਾਂ ਵਿਊਅਰਸ ਨੂੰ, ਚਾਹੇ ਉਹ ਇੰਡੀਆ ਦੇ ਵਸਨੀਕ ਹੋਣ ਚਾਹੇ ਉਹ ਪਾਕਿਸਤਾਨ ਦੇ ਵਸਨੀਕ ਹੋਣ, ਇੱਕ ਸਕਾਰਾਤਮਕ ਸੋਚ ਦੇ ਨਾਲ ਅਸੀਂ ਅੱਗੇ ਵਧੀਏ, ਪੋਜ਼ਿਟਿਵ ਤਰੀਕੇ ਨਾਲ ਅੱਗੇ ਵਧੀਏ, ਤਾਂ ਕਿ ਜਿਹੜਾ ਭਵਿੱਖ ਹੈਗਾ ਉਹ ਦੋਨੋਂ ਮੁਲਕਾਂ ਦਾ ਵਧੀਆ ਹੋ ਸਕੇ, ਇੱਕ ਅਮਨ ਸ਼ਾਂਤੀ ਜਿਹੜੀ ਹੈ ਉਹ ਬਹਾਲ ਹੋ ਸਕੇ। ਅਸੀਂ ਉਹਨਾਂ ਡਾਇਲੋਗ ਦੇ ਉੱਤੇ ਗੱਲ ਨਾ ਕਰੀਏ ਜੋ ਕਿ ਸਾਨੂੰ ਵੀ ਦੁੱਖ ਪਹੁੰਚਾਉਣ ਔਰ ਤੁਹਾਨੂੰ ਵੀ ਦੁੱਖ ਪਹੁੰਚਾਉਣ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।